ਜਿਸ ਪਰਿਵਾਰ ਦਾ ਭਾਣਾ ਸਿੱਧੂ 2 ਲੱਖ ਰੁਪਈਆ ਵਾਪਸ ਕਰਾਉਣ ਲਈ ਅੱਜ ਜੇਲ੍ਹ ਬੈਠਾ ਹੈ। ਉਸ ਪਰਿਵਾਰ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵੱਡੇ ਖੁਲਾਸੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਜਿਸ ਏਜੰਟ ਨੇ ਭਾਣੇ ਸਿੱਧੂ ਤੇ ਪਰਚਾ ਕਰਵਾਇਆ ਹੈ, ਉਸ ਏਜੰਟ ਨੇ ਸਾਡੇ ਮੁੰਡੇ ਨੂੰ ਕੈਨੇਡਾ ਭੇਜਣ ਦੇ ਲਈ 2 ਲੱਖ ਰੁਪਏ ਦੀ ਮੰਗ ਕੀਤੀ ਸੀ, ਜਿਹਦੇ ਵਿੱਚੋਂ ਅਸੀਂ 15 ਲੱਖ ਰੁਪਈਆ ਪਹਿਲਾਂ ਦੇਣਾ ਸੀ ਅਤੇ ਬਾਕੀ ਦਾ 7 ਲੱਖ ਵੀਜ਼ਾ ਆਉਣ ਤੇ ਦੇਣਾ ਸੀ। ਅਤੇ ਉਸਨੇ ਦੱਸਿਆ ਕਿ ਜਦੋਂ ਸਾਡੇ ਮੁੰਡੇ ਦਾ ਵੀਜ਼ਾ ਲਗਵਾਇਆ ਗਿਆ ਅਤੇ ਉਸ ਏਜੰਟ ਨੇ ਪਹਿਲਾਂ ਰੂਸ ਦਾ ਵੀਜ਼ਾ ਲਵਾਇਆ ਅਤੇ ਸਾਡਾ ਮੁੰਡਾ 2 ਹਫ਼ਤੇ ਰੂਸ ਵਿੱਚ ਰਹਿ ਕੇ ਆਇਆ ਅਤੇ ਏਜੰਟ ਨੇ ਕਿਹਾ ਕਿ ਤੁਹਾਡਾ 1 ਮਹੀਨੇ ਬਾਅਦ ਕੈਨੇਡਾ ਦਾ ਵੀਜ਼ਾ ਲੱਗ ਜਾਵੇਗਾ। ਅਤੇ ਜਦੋਂ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਤਾਂ ਰਿਜੈਕਸ਼ਨ ਲੱਗ ਗਈ, ਜਿਸ ਤੋਂ ਬਾਅਦ ਉਸਨੇ ਭਰੋਸਾ ਦਵਾਇਆ ਕਿ ਪੈਸੇ ਤੁਹਾਨੂੰ ਵਾਪਸ ਕਰ ਦਿੱਤੇ ਜਾਣਗੇ। ਪਰ ਹੁਣ 2 ਸਾਲ ਹੋਣ ਵਾਲਾ ਹੈ ਤੇ ਹਜੇ ਤੱਕ ਸਾਨੂੰ ਕੋਈ ਵੀ ਪੈਸਾ ਨਹੀਂ ਮਿਲਿਆ ਤੇ ਉਲਟਾ ਜੋ ਇਲਜ਼ਾਮ ਲਾਏ ਨੇ ਭਾਣਾ ਸਿੱਧੂ ਤੇ ਕਿ ਏਜੰਟ ਤੋਂ 10,000 ਰੁਪਈਆ ਮੰਗਿਆ ਗਿਆ ਤਾਂ ਇਹ ਬਿਲਕੁਲ ਝੂਠ ਹੈ, ਕਿਉਂਕਿ ਭਾਣਾ ਤਾਂ ਆਪਣੇ ਪੱਲਿਓ ਪੈਸੇ ਲਾ ਕੇ ਲੁਧਿਆਣੇ ਤੱਕ ਜਾਂਦਾ ਰਿਹਾ। ਇਸ ਗੱਲ ਦੀ ਹਾਮੀ ਉਹਨਾਂ ਸਾਰੇ ਲੋਕਾਂ ਨੇ ਭਰੀ ਆ ਜਿਨ੍ਹਾਂ ਦੇ ਭਾਣੇ ਸਿੱਧੂ ਨੇ ਪੈਸੇ ਵਾਪਸ ਕਰਵਾਏ ਸਨ। ਅਤੇ ਲੋਕਾਂ ਨੇ ਕਿਹਾ ਕਿ ਜਦੋਂ ਭਾਣੇ ਨੇ ਸਾਡੇ 15-15, 20-20 ਲੱਖ ਰੁਪਏ ਵਾਪਸ ਕਰਵਾਏ ਤਾਂ ਅਸੀਂ ਵੀ ਉਸਨੂੰ ਪੈਸਿਆਂ ਦੀ ਔਫਰ ਕੀਤੀ ਸੀ, ਪਰ ਭਾਣੇ ਵੱਲੋਂ ਪੂਰੀ ਨਾ ਕਰ ਦਿੱਤੀ ਗਈ ਅਤੇ ਉਸ ਵੱਲੋਂ ਕੋਈ ਵੀ ਪੈਸਾ ਨਹੀਂ ਲਿਆ ਗਿਆ। ਬਾਕੀ ਤੁਹਾਡਾ ਭਾਣੇ ਸਿੱਧੂ ਬਾਰੇ ਕੀ ਕਹਿਣਾ ਹੈ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ।